ਪਿੰਡ ਪੱਧਰ ਤੇ ਲੋੜਵੰਦਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾ ਸਾਂਝ ਗਲੋਬਲ ਫਾਊਂਡੇਸ਼ਨ, ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁੱਗਾ ਮਾੜੀ ਕਮੇਟੀ ਵੱਲੋਂ ਲਾਇਨਜ਼ ਅੱਖਾਂ ਦੇ ਹਸਪਤਾਲ ਪਾਤੜਾਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਅੱਖਾਂ ਦੇ ਕੈਂਪ ਦੇ ਨਾਲ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੀ ਸੂਬਾ ਜਨਰਲ ਸਕੱਤਰ ਬੀਬੀ ਪਲਵਿੰਦਰ ਕੌਰ ਹਰਿਆਉ ਨੇ ਕੀਤਾ। ਇਸ ਮੌਕੇ ਉਹਨਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਪਿੰਡ ਪੱਧਰ ਤੇ ਲਾਉਣ ਦੇ ਨਾਲ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਮਿਲਦੀ ਹੈ। ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ ਇਹਨਾਂ ਕੈਂਪਾਂ ਰਾਹੀਂ ਆਪਣਾ ਇਲਾਜ ਕਰਵਾ ਸਕਦੇ ਨੇ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਮੰਤਵ ਨਾਲ ਲਗਾਏ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਖੂਨਦਾਨ ਕੈਂਪ ਇੱਕ ਉੱਤਮ ਦਾਨ ਹੈ ਜੋ ਲੋੜ ਪੈਣ 'ਤੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਇਸ ਤਰ੍ਹਾਂ ਦੇ ਉਪਰਾਲੇ ਪਿੰਡ ਪੱਧਰ 'ਤੇ ਹੋਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਹ ਪਿੰਡ ਕਕਰਾਲਾ ਦੀ ਗੁੱਗਾ ਮਾੜੀ ਕਮੇਟੀ ਅਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਕਕਰਾਲਾ ਦੀ ਹੈ, ਉਹਦੇ ਸਹਿਯੋਗ ਦੇ ਨਾਲ ਇਹ ਅੱਜ ਪਿੰਡ ਕਕਰਾਲੇ ਵਿੱਚ ਕੈਂਪ ਲਾਇਆ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਕਲੱਬ ਨਾਲ ਉਹਨਾਂ ਦਾ ਸਾਰਿਆਂ ਦਾ ਇਹ ਰਲ ਮਿਲ ਕੇ ਪਿੰਡ ਪੱਧਰ 'ਤੇ ਇਹ ਉਪਰਾਲਾ ਆ ਕਿ ਪਿੰਡ ਦੇ ਲੋਕਾਂ ਨੂੰ ਜਿਹੜਾ ਆ ਖੂਨਦਾਨ ਦਾ ਜਿਹੜੀ ਅਹਿਮੀਅਤ ਹੈ ਉਹਦੇ ਸੰਬੰਧ 'ਚ ਨਾਲੇ ਜਾਗਰੂਕ ਕੀਤਾ ਜਾਵੇ। ਨਾਲੇ ਖੂਨਦਾਨ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਆ, ਕਿਸੇ ਮਰਦੇ ਹੋਏ ਇਨਸਾਨ ਨੂੰ ਬਚਾਉਣ ਲਈ ਇਹ ਇੱਕ ਉਪਰਾਲਾ ਆ। ਉਸ ਤੋਂ ਬਾਅਦ ਜਿਹੜੀ ਅੱਖਾਂ ਦੀ ਪ੍ਰੋਬਲਮ ਹੈ ਉਹਨੂੰ ਲੈ ਕੇ ਜਿਹੜੇ ਚਾਹੇ ਬਜ਼ੁਰਗ ਹੈ ਚਾਹੇ ਸਾਡੇ ਮਤਲਬ ਕਿ ਮਜ਼ੋਰ ਏਜ ਵਾਲੇ ਵੀਰ ਨੇ ਬੀਬੀਆਂ ਨੇ ਉਹ ਪ੍ਰੋਬਲਮ ਆ ਰਹੀ ਹੈ, ਉਹਨੂੰ ਲੈ ਕੇ ਇਹਨਾਂ ਨੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਹੀ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਆ। ਅੱਖਾਂ ਦਾ ਚੈੱਕਅਪ ਅਤੇ ਜਿਹੜਾ ਲੈਂਸ ਆ ਫ੍ਰੀ ਪੈਣਗੇ ਲਾਇਨਸ ਕਲੱਬ ਵਾਲਿਆਂ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਆ ਇਹ ਸਾਰੇ ਪਿੰਡ ਨੇ ਰਲ ਮਿਲ ਕੇ ਇਹ ਕੀਤਾ, ਲੋਕਾਂ ਦੀ ਪ੍ਰੋਬਲਮ ਆ ਜਿਹੜੀ ਉਹ ਘੱਟ ਕਰਨ ਲਈ ਇਹ ਜਿਹੜਾ ਆ ਉਪਰਾਲਾ ਕੀਤਾ ਆ। ਜਿਹੜੇ ਵੈਸੇ ਤਾਂ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਪਰ ਸਰਕਾਰਾਂ ਜਿਹੜੀਆਂ ਆ ਉਹ ਸਿਰਫ ਚੋਣ ਮੈਨੀਫੈਸਟੋ ਦੇ ਵਿੱਚ ਗੱਲਾਂ ਕਰਦੀਆਂ ਆ। ਮੌਕੇ ਦੀ ਮੌਜੂਦਾ ਕੈਪਟਨ ਸਰਕਾਰ ਹੈ, ਉਹਨੇ ਮੈਨੀਫੈਸਟੋ ਦੇ ਵਿੱਚ ਕਿਸਾਨਾਂ ਲਈ ਬਹੁਤ ਕੁਛ ਰੱਖਿਆ ਸੀਗਾ, ਮਜ਼ਦੂਰਾਂ ਲਈ ਬਹੁਤ ਕੁਛ ਰੱਖਿਆ ਸੀਗਾ, ਮੁਲਾਜ਼ਮਾਂ ਲਈ ਬਹੁਤ ਕੁਛ ਰੱਖਿਆ ਸੀਗਾ ਪਰ ਅਮਲੀ ਜਾਮੇ ਦੇ ਵਿੱਚ ਇੱਕ ਵੀ ਅੱਜ ਤੱਕ ਜਿਹੜੀ ਆ ਉਹ ਗੱਲ ਪੂਰੀ ਨਹੀਂ ਕੀਤੀ। ਮੇਰਾ ਨਾਮ ਹਰਜਿੰਦਰ ਸਿੰਘ ਜੀ, ਖੂਨਦਾਨ ਕਰ ਰਹੇ ਪਹਿਲੀ ਵਾਰ ਖੂਨਦਾਨ ਕਰ ਰਿਹਾ ਮੈਂ, ਇਹ 7ਵੀਂ ਵਾਰ ਕਰ ਰਿਹਾ। ਕੀ ਕਹਿਣਾ ਚਾਹੁੰਦੇ ਹੋ ਖੂਨਦਾਨੀਆਂ ਨੂੰ? ਖੂਨਦਾਨ ਦੇਣਾ ਚਾਹੀਦਾ ਜੀ ਕਿਉਂਕਿ ਬਹੁਤ ਜ਼ਰੂਰਤ ਹੈ ਖੂਨ ਦੀ, ਅਚਨਚੇਤ ਹਾਦਸੇ ਵਾਪਰਦੇ ਨੇ, ਹੈ ਜੀ, ਉੱਥੇ ਬਹੁਤ ਜ਼ਰੂਰਤ ਹੈ, ਰੋਗੀਆਂ ਨੂੰ ਜ਼ਰੂਰਤ ਹੈ, ਇਹਦੇ ਵਿੱਚ ਇਹ ਯੋਗਦਾਨ ਹੈ, ਇਹ ਯੋਗਦਾਨ ਪਾਉਣਾ ਚਾਹੀਦਾ ਹਰ ਇੱਕ ਨੂੰ। ਮੈਂ ਇੱਕ ਹੈਂਡੀਕੈਪ ਹੋਣ ਦੇ ਨਾਤੇ ਵੀ ਖੂਨ ਦੇ ਰਿਹਾ, ਇਹ ਸਾਰਿਆਂ ਨੂੰ ਹੀ ਕਰਨਾ ਚਾਹੀਦਾ, ਜੋ ਐਲੀਜੀਬਲ ਹੈ ਜੋ ਖੂਨ ਦੇ ਸਕਦਾ ਉਹਨੂੰ ਜ਼ਰੂਰ ਤੋਂ ਜ਼ਰੂਰ ਖੂਨ ਦਾਨ ਦੇਣਾ ਚਾਹੀਦਾ ਕਿਉਂਕਿ ਕਈ ਵਾਰੀ ਆਪਾਂ ਨੂੰ ਵੀ ਵਾਪਸ ਲੋੜ ਪੈ ਜਾਂਦੀ ਹੈ ਇਹਦੀ, ਤੇ ਇਹ ਜ਼ਰੂਰ ਦੇਣਾ ਚਾਹੀਦਾ। ਨਾ ਜੀ ਨਾ ਨਾ ਨਾ, ਉਹ ਤਾਂ ਗੱਲ ਹੀ ਨਹੀਂ ਹੈ, ਉਦੋਂ ਜ਼ਿਆਦਾ ਤਾਂ ਅਸੀਂ ਮੈਡੀਸਿਨ ਖਾ ਜਾਂਦੇ ਹਾਂ ਜਾਂ ਹੋਰ ਉਹਦੇ ਨਾਲ ਕਮਜ਼ੋਰੀ ਆ ਜਾਂਦੀ ਹੈ। ਕੈਂਪ ਸਾਂਝ ਗਲੋਬਲ ਫਾਊਂਡੇਸ਼ਨ ਪੰਜਾਬ ਦੇ ਵੱਲੋਂ ਲਗਾਇਆ ਗਿਆ ਜੀ, ਅੱਜ ਪਿੰਡ ਕਕਰਾਲਾ ਭਾਈਕਾ ਦੇ ਵਿੱਚ ਗੁੱਗਾ ਮਾੜੀ ਜਿਹੜਾ ਕਲੱਬ ਹੈਗਾ, ਕਮਿਊਨਿਟੀ ਹੈਗੀ, ਉਹਦੇ ਸਹਿਯੋਗ ਨਾਲ ਲਗਾਇਆ ਗਿਆ ਹੈਗਾ। ਅੱਖਾਂ ਦੇ ਵਿੱਚ ਜਿਹੜਾ ਚਿੱਟਾ ਮੋਤੀਆ ਸਾਡੇ ਅਕਸਰ ਹੈਗੇ ਹੈਗਾ, ਸਾਡੇ ਤਕਰੀਬਨ ਸਾਡੇ ਸਾਰੀ ਯੂਨਿਟ ਦੇ ਵਿੱਚ ਹੀ ਆ, ਖਾਸ ਕਰਕੇ ਪਾਤੜਾਂ ਏਰੀਆ ਦੇ ਵਿੱਚ, ਅਤੇ ਸਾਡੇ ਉਰੇ ਇੱਕ ਸੰਕਲਪ ਲਿਆ ਗਿਆ ਹੈਗਾ ਸਾਡੀ ਸਾਂਝ ਫਾਊਂਡੇਸ਼ਨ ਦੇ ਵੱਲੋਂ ਅਤੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਕਲੱਬ ਹੋਰ ਸਾਡੇ ਨਾਲ ਟਾਈ ਅਪ ਕਰਦੇ ਨੇ, ਵਰਕ ਕਰਦੇ ਨੇ ਉਹਨਾਂ ਨੂੰ, ਅਸੀਂ ਚਿੱਟੇ ਮੋਤੀਆਂ ਦੀ ਜੜੋਂ ਖਤਮ ਕਰਨੇ ਗਾ ਕਿ ਅੱਜ ਕਕਰਾਲਾ ਭਾਈਕੀ ਜਿਹੜੀ ਗੁੱਗਾ ਮਾੜੀ ਕਮੇਟੀ ਹੈਗੀ ਆ, ਹੋਰ ਵੀ ਵਧਾਈ ਦੀ ਪਾਤਰ ਹੈਗੇ, ਉਹਨਾਂ ਨੇ ਅੱਖਾਂ ਦੇ ਕੈਂਪ ਦੇ ਨਾਲ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਾ ਅਤੇ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਖੂਨਦਾਨ ਕੀਤਾ ਜਾ ਰਿਹਾ ਜਿਸ ਦੀ ਕਿ ਸਮਾਜ ਨੂੰ ਬਹੁਤ ਜ਼ਿਆਦਾ ਲੋੜ ਹੈਗੀ, ਅਤੇ ਅਸੀਂ ਧੰਨਵਾਦੀ ਹਾਂ ਸਾਰੇ ਪਿੰਡ ਦੇ ਸਾਰੇ ਸਮੂਹ ਸੱਜਣਾਂ ਦੇ ਜਿਹੜੇ ਸਾਡੇ ਸਹਿਯੋਗੀ ਆ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।